ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਆਪਾਂ ਅੱਗੇ ਵੀਡੀਓ ਪਾਈ ਤੁਹਾਨੂੰ 11 21 ਦਾ ਬੀਜ ਜਦੋਂ ਆਪਾਂ ਥਾਂ ਬਣਾਇਆ ਤੇ ਬੀ ਬੀ ਪਿਆ ਤੇ ਅਸੀਂ 24 12 24 ਘੰਟੇ ਬੀ ਪੇਂ ਕੇ ਰੱਖਿਆ ਤੇ ਫਿਰ ਬੀਜ ਨੂੰ ਬਾਹਰ ਕੱਢ ਕੇ ਦਾਬੂ ਲਵਾਇਆ ਬੋਰੀ ਰੱਖੀ ਉੱਤੇ ਤੇ ਆਪਾਂ ਬੋਰੀ ਤੇ ਪਾਣੀ ਪਾਉਂਦੇ ਰਹੇ 24 ਘੰਟੇ ਪਾਣੀ ਪਾਉਂਦੇ ਰਹੇ ਤੇ ਜਦੋਂ ਵੀ ਉਂਗਰਿਆ ਉਂਗਰ ਕੇ ਤਿਆਰ ਹੋਇਆ ਅੱਜ ਹੀ ਪਨੀਰੀ ਥਾਂ ਜਿਹੜਾ ਬਣਾਇਆ ਸੀ ਉਹਦੀਆਂ ਵੱਟਾਂ ਪਾਈਆਂ ਸੀ ਆ ਦੂਆ ਬਣਿਆ ਕੋ ਆ ਵੱਟ ਪਈ ਇੱਕ ਇਧਰ ਤੇ ਇਹਨੂੰ ਫੁੱਲ ਭਰ ਕੇ ਆਪਾਂ ਪਾਣੀ ਖਲਾਰ ਕੇ ਦੇਚ ਤੇ ਆਪਾਂ ਝੋਬੀ ਪਾ ਕੇ ਝੋਲੀ ਤੇ ਤੇ ਆਪਾਂ ਅੱਜ ਬੀ ਦਾ ਛੱਟਾ ਦੇਤਾ ਆਪਾਂ ਸਵੇਰੇ ਬੀਜੀ ਹੀ ਪਨੀਰੀ ਹੈ ਆਪਾਂ ਸਵੇਰੇ ਪਾਣੀ ਪੂਰਾ ਐ ਫੁੱਲ ਕਰਕੇ ਰੱਖਿਆ ਕਿ ਤੇ ਪੈਰ ਜਿਹੜੀ ਧੁੱਪ ਲੱਗਣੀ ਆ ਉਹਦੇ ਨਾਲ अंगूर ਸੁੱਕੇ ਨਾ ਹੁਣ ਅਹੀਂ ਪਾਣੀ ਕੱਢਤਾ ਇਹਦਾ ਸਾਰਾ ਆਪਾਂ ਅਗਲੇ ਬੰਨੇ ਜਵਾਰ ਲਾਈ ਸੀ ਜੀ ਉਹਦੇ ਚ ਆਪਾਂ ਪਾਣੀ ਕੱਢਤਾ ਇਹਦਾ ਪਰਾਂ ਨੂੰ ਹੁਣ ਆਪਾਂ ਵੀ ਐ ਰੈਣ ਦੇਣੀ ਜ਼ਮੀਨ ਪਾਣੀ ਨਹੀਂ ਲਾਉਣਾ ਕਿ ਬੀ ਜਿਹੜਾ ਥਲੇ ਥਰ ਜ਼ਮੀਨ ਨਾਲ ਜੁੜ ਜੇ अंगूर ਜਿਹੜਾ ਵੀ ਇਹਦੇ ਨਾਲ ਪਾਣੀ ਕੱਢਣਾ ਜਲਦੀ ਗਰੋਥ ਕਰੇਗੀ ਬਨੇਰੀ ਆਪਾਂ ਅੱਜ ਇਹ ਪਨੇਰੀ ਬੀਤੀ ਜੇ 11 ਕਿਲੋ ਦੀ ਵਾਹਿਗੁਰੂ ਦਾ ਨਾਮ ਲੈ ਕੇ ਜੀ ਆ ਆਪਣੀ ਆ ਮੋਟੀ ਦੀ ਪਨੀਰੀ ਹੈ ਜੀ ਇਸੇ ਵਿਧੀ ਰਹੀ ਆਪਾਂ ਇਹ ਪਨੀਰੀ ਬੀਜੀ ਹੀ ਮੋਟੇ ਦੀ ਇਹ ਆਪਾਂ ਪਾਣੀ ਲਾਇਆ ਵਾ ਇਹ 10 ਕ ਦਿਨਾਂ ਚ ਲਾਉਣ ਵਾਲੀ ਹੋ ਜਾਏਗੀ ਪਨੀਰੀ ਆਪਣੀ ਮੋਟੇ ਦੀ ਤੇ ਜੇ ਕੋਈ ਤੁਸੀਂ ਜਾਣਕਾਰੀ ਲੈਣੀ ਹੋਵੇ ਪਨੀਰੀ ਦੀ ਬਜਾਈ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਸਾਡੇ ਕਮੈਂਟ ਬਾਕਸ ਤੇ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੇ ਬਾਕੀ ਜੇ ਸਾਡੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਚੈਨਲ ਸਾਡੇ ਨੂੰ ਤੇ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਲੈ ਕੇ ਰੱਬ ਰੱਖਾ